बेलियो तुसी देख रहे हो पंजाबी टीवी। मैं तुहाड़ा प्रोणचारक मियां आसिफ अली। जन्म स्थान ननकाणा साहब ते बाबा जी दे प्रकाश पुरब दीआं तकरीबां जारी आ ते हर पासिओं लोक आ रहे आ ते मैं इधर आया ते देखिया मैं इत्थे कुछ साडे इत्थे बजुर्ग वड़के इत्थे बैठे सीगे ते इन्हां नाल मैं क्या गल करदे आ इन्हां तों जाणदे आ ते के हाँ जी की हाल चाल आ माता जी? ठीक है। की नाम तुहाडा? कल्याण कौर। कल्याण कौर। अच्छा साढ़े इतने एक कल्याण सिंह कल्याण भी है बड़ा मशहूर साढ़ा ना। अच्छा जी। अच्छा बल्कि इतने का जोड़ा जन्म स्थान का जोड़ा व्डा सारा कम कार वाला इंचार्ज है उही है। अच्छा की ते कितों आए हो? असं लंदन तो। अच्छा कल्ले आए हो नाल होर भी कोई आया? ए सारे साथी हैं। अच्छा, और भी आए। अच्छा। और भी आए पिछे हूँ। अच्छा तुसी उदा कितों दे हो लंदन ते बाद च गए? पहले कितों गए सी? पहले काबुल दे। अच्छा काबुल वाले? वाह ये तो बड़ी वड्डी गल है यार। ये गल अहम आ कि बाकी सारे सरदारां नाल मेरी मुलाकात हुई, काबुल वालियां नाल अज पहली बारी हो रही इन्हां कोल अज तफसीली गल जान दे। अच्छा ते काबुल तो तुसी किन्ना अरसा पहले लंदन गए सी? अच्छा हो गया लगा किन्ना टाइम हो गया? 10 साल। अच्छा ते काबुल तो तुसी उत्थे लंदन शिफ्ट हो गए? हां जी। ते इत्थे आउण पहले भी आए हो कदी? पहली बारी आए? पहले 30-40 साल पहले आया काबुल तो आया हूँ। बारिश के बाद उधर गए हम तो बाद नहीं आया हूँ, पहली बार आया से इन सारे आए असे नहीं आया हम असे पहली बार आया। तो ये जरा व्हील चेयर से बैठना पे ये कि जमीन से पैर पैर लतन दुखती है। अच्छा ये गोडे लतन दुखती है जमीन से बह नहीं सकते वो टुर भी नहीं सकते कम कम कर रहे टुर। ये व्हील चेयर इधरों ही गुरुद्वारे वालों प्रोवाइड की? हाँ जी आए इधरों ही बुक कराई। ਤੇ ਕਿੰਨੇ ਕੁ ਕਾਬਲੀ ਸਰਦਾਰ ਆ ਜਿਹੜੇ ਉੱਥੇ ਯੂਕੇ 'ਚ ਗਏ ਹੋਏ ਆ? ਇਹਦਾ ਗਏ ਥੋੜ੍ਹੇ ਬਹੁਤੇ ਹੈ ਔਰ ਸਭ ਆ ਗਏ, ਕੋਈ ਇੰਡੀਆ ਗਏ ਤੇ ਕੋਈ ਕੋਈ ਇੰਡੀਆ ਚਲੇ ਗਏ, ਕੋਈ ਇੱਧਰ ਆ ਗਏ, ਕੋਈ ਕਿੱਥੋਂ ਔਰ ਲੜਾਈਆਂ ਸ਼ੁਰੂ ਹੋ ਗਈਆਂ ਬਸ ਉਹ ਵਾਕਈ ਵਿੱਚੋਂ ਕਾਫੀ ਮਸਲਾ ਖਰਾਬ ਹੋ ਗਿਆ। ਹਾਂਜੀ ਆ ਕਾਫੀ ਕਾਫੀ ਬਲਕਿ ਉਧਰੋਂ ਜਿਹੜੀ। ਅੱਛਾ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਮੈਂ ਕਿ ਜਿਹੜਾ ਇੱਥੇ ਸਰਦਾਰ ਆ ਸਿੱਖ ਆ ਕੇਪੀ ਦੇ ਵਿੱਚ। ਅੱਛਾ ਉੱਧਰ ਧੂਮਾ ਹੁੰਦਾ ਪਿਆ ਮੇਰੀ ਅੱਖਾਂ 'ਚ ਪੈ ਰਿਹਾ ਤਾਂ ਕਿਉਂਕਿ ਪਰਲੇ ਪਾਸੇ ਨਾ ਪ੍ਰਸ਼ਾਦ ਤਿਆਰ ਹੋ ਰਿਹਾ। ਕੇਪੀ ਦੇ ਵਿੱਚ ਵੀ ਕਾਫੀ ਆ ਔਰ ਸਰਦਾਰ ਜਿਹੜੇ ਆ ਅਫਗਾਨਿਸਤਾਨ ਦੇ ਵਿੱਚ ਵੀ ਬਹੁਤ ਸੀਗੇ ਪਰ ਜਦੋਂ ਮਿਸਾਇਲ ਸ਼ੁਰੂ ਹੋਏ ਦਹਿਸ਼ਤਗਰਦੀ ਵਾਲੇ। ਅੱਛਾ ਕੁਛ ਅਰਸਾ ਪਹਿਲੇ ਜਿਹੜਾ ਗੁਰੂ ਗ੍ਰੰਥ ਸਾਹਿਬ ਉੱਥੇ ਸੀ ਉਹ ਵੀ ਇੱਧਰ ਪਾਕਿਸਤਾਨ ਭੇਜ ਦਿੱਤੀ ਗਈ ਸੀ ਕਿਉਂਕਿ ਧਮਾਕਾ ਹੋਇਆ ਸੀਗਾ ਅਤੇ ਬਹੁਤ ਸਾਰੇ ਜਿਹੜੇ ਸਿੰਘ ਸੀਗੇ ਉਹ ਜਾਨੋਂ ਚਲੇ ਗਏ ਸੀ। ਉਹਨਾਂ ਨੇ ਫਿਰ ਗੁਰੂ ਗ੍ਰੰਥ ਸਾਹਿਬ ਤੋਂ ਰਿਸਪੈਕਟ ਦੇ ਖਿਆਲ ਨਾਲ ਹਿਫਾਜ਼ਤ ਦੇ ਖਿਆਲ ਨਾਲ ਇੱਥੇ ਭੇਜ ਦਿੱਤਾ ਸੀ ਅਤੇ ਬਹਰਹਾਲ ਬੜੀ ਖੁਸ਼ੀ ਹੋਈ ਤੁਹਾਨੂੰ ਦੇਖ ਕੇ। ਵੈਲਕਮ ਜੀ ਆਇਆਂ ਨੂੰ। ਅੱਛਾ ਇੱਧਰ ਹੁਣ ਗੱਲ ਕਰਦੇ ਹਾਂ, ਇੱਧਰ ਆਓ ਜੀ ਚਿਸ਼ਤੀ ਸਾਹਿਬ। ਹਾਂਜੀ ਕੀ ਹਾਲ ਆ? ਮਤਲਬ ਠੀਕ ਹੋ? ਸ੍ਰੀਕਾਲ ਜੀ। ਕੀ ਨਾਮ ਤੁਹਾਡਾ? ਮੇਰਾ ਸੁਰਬੀਰ ਕੌਰ। ਅੱਛਾ ਸੁਰਬੀਰ ਕੌਰ, ਤੁਸੀਂ ਕਿੱਥੋਂ ਆਏ ਹੋ? ਅਸੀਂ ਇੰਗਲੈਂਡ ਤੋਂ ਹੀ ਹਾਂ। ਅੱਛਾ ਅੱਛਾ ਤੁਸੀਂ ਵੀ ਕਾਬਲ ਵਾਲੇ? ਅਸੀਂ ਵੀ ਕਾਬਲ ਵਾਲੇ। ਕਾਬਲੀ ਸਰਦਾਰ? ਹਾਂਜੀ ਆ ਕਾਬਲੀ ਸਰਦਾਰ। ਪਹਿਲੇ ਕਦੀ ਆਏ ਹੋ? ਹਾਂਜੀ ਹਾਂ ਅਸੀਂ ਆਏ ਸੀ ਉੱਧਰੋਂ, ਪਹਿਲੇ ਅਫਗਾਨਿਸਤਾਨ ਤੋਂ ਆਉਂਦੇ ਸੀ ਨਾ ਇੱਧਰ, ਫਿਰ ਹੁਣ ਜਦ ਨੈਸ਼ਨੈਲਿਟੀਆਂ ਮਿਲ ਗਈਆਂ ਤਾਂ ਫਿਰ ਕੇ ਚਲੋ ਦਰਸ਼ਨ ਕਰਨੇ ਚਲੇ ਜਾਣੇ। ਹਾਂ 20 ਸਾਲ ਹੋ ਗਏ ਇਸ ਗੱਲ ਨੂੰ ਵੀ। ਤੇ ਤੁਸੀਂ ਪੂਰੀ ਫੈਮਿਲੀ ਸਮੈਤ ਉੱਥੇ ਸ਼ਿਫਟ ਹੋ? ਹਾਂਜੀ ਹਾਂ। ਇਕੱਲੇ ਹੀ ਆਏ ਹੋ ਬੱਚਿਆਂ ਨੂੰ ਵੀ ਲਿਆਂਦਾ ਨਾਲ? ਨਾ ਜੀ ਨਾ, ਇਕੱਲੇ ਹਸਬੈਂਡ ਵਾਈਫ ਆਏ। ਹਾਂਜੀ ਹਾਂਜੀ ਹਾਂ। ਤੁਹਾਨੂੰ ਵੀ ਬਹਿਣਾ ਪਿਆ ਵੀਲ ਚੇਅਰ 'ਤੇ? ਮੇਰੇ ਦੋਨੋਂ ਗੋਡੇ ਆਪਰੇਸ਼ਨ ਹੋਏ ਪਏ ਹਨ, ਫਿਰ ਚੱਲ ਤਾਂ ਲੈਣੀ ਆ ਥੋੜ੍ਹਾ ਜਿਹਾ ਪਰ ਜ਼ਿਆਦਾ ਨਹੀਂ ਚੱਲ ਸਕਦੀਆਂ, ਉੱਥੇ ਘਰ ਹੀ ਆਉਂਦੇ ਹਾਂ, ਕਿੱਧਰ ਜਾਣਾ ਨਹੀਂ ਆਉਣਾ ਨਹੀਂ ਬਸ। ਫਿਰ ਅਗਰ ਗੁਰਦੁਆਰੇ ਜਾਣਾ ਹੁੰਦੇ ਗੱਡੀਆਂ ਚਲੇ ਜਾਂਦੇ ਹਾਂ, ਬੱਚਿਆਂ ਕੋਲ ਗੱਡੀਆਂ ਹੈਗੀਆਂ ਅਤੇ ਫਿਰ ਹੁਣ ਇੱਥੇ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਚੱਲਣਾ, ਫਿਰ ਇਸ ਕਰਕੇ ਵਿੱਚ। ਪਹਿਲੀ ਗੱਲ ਕਿਹਦਾ ਲੱਗਿਆ ਇੱਥੇ? ਬਹੁਤ ਅੱਛਾ ਲੱਗਿਆ, ਇਹ ਤਾਂ ਜਨਮ ਸਥਾਨ ਸਾਡਾ ਗੁਰੂ ਨਾਨਕ ਸਾਹਿਬ ਦਾ ਹੈ, ਇਹ ਤਾਂ ਸਾਡੇ ਕਾਬਲ ਦੇ ਵੇਲਿਆਂ ਤੋਂ ਅਸੀਂ ਕਾਬਲ ਵੀ ਮਨਾਉਂਦੇ ਸੀ ਉੱਧਰ ਸੁਲਤਾਨਪੁਰ ਵਿੱਚ, ਗੁਰੂ ਨਾਨਕ ਸਾਹਿਬ ਦਾ ਉਹ ਸੀ ਜਗ੍ਹਾ ਸੀ ਆ, ਉੱਥੇ ਅਸੀਂ ਤੰਬੂ ਲਗਾਉਂਦੇ ਸੀ ਪੂਰਾ ਇੱਕ ਹਫ਼ਤਾ ਅਸੀਂ ਉੱਥੇ ਰਹਿੰਦੇ ਸੀ। ਹਾਂ ਪਹਿਲੇ ਤਾਂ ਅਫਗਾਨਿਸਤਾਨ ਬਹੁਤ ਅੱਛਾ ਸੀ। ਹਾਂਜੀ ਵੈਲਕਮ ਜੀ ਆਇਆਂ ਨੂੰ ਅਤੇ ਇੱਧਰ ਵੀ ਅਸੀਂ ਗੱਲ ਕਰ ਲਈ। ਹਾਂਜੀ ਜੀ ਮਾਤਾ ਜੀ ਕੀ ਹਾਲ ਚਾਲ ਹੈ ਜੀ? ਠੀਕ ਠਾਕ। ਕੀ ਨਾਮ ਤੁਹਾਡਾ? ਰਤਨ ਕੌਰ। ਅੱਛਾ ਅਤੇ ਕਿਹਦਾ ਲੱਗਿਆ? ਠੀਕ ਹੈ। ਤੁਸੀਂ ਵੀ ਯੂਕੇ ਤੋਂ ਹੀ ਆਏ? ਹਾਂਜੀ। ਕਾਬਲੀ ਸਰਦਾਰ? ਹਾਂਜੀ। ਕਿੰਨਾ ਅਰਸਾ ਪਹਿਲੇ ਗਏ ਸੀ ਕਾਬਲ ਤੋਂ? 25 ਸਾਲ। ਉਦੋਂ ਪਹਿਲੇ ਵੀ ਆਉਂਦੇ ਹੁੰਦੇ ਸੀ ਇੱਥੇ ਕਿ ਪਹਿਲੀ ਵਾਰੀ ਆਏ? ਨਾ ਪਹਿਲੇ ਮੈਂ ਆਪਣੇ ਹਸਬੈਂਡ ਨਾਲ ਆਉਂਦੀ ਸੀ, ਹੁਣ ਮੇਰਾ ਹਸਬੈਂਡ ਨਹੀਂ ਹੈ ਅਤੇ ਉਹ ਮੁੜ ਆਇਆ ਜਥੇ ਨਾਲ। ਅੱਛਾ ਹਾਂਜੀ ਮਾਤਾ ਜੀ ਕੀ ਹਾਲ ਚਾਲ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਹੈ ਸਾਡਾ ਸੁੱਖ ਸਾਂ ਦੇ ਸੁੱਖ ਨਾਲ ਅਸੀਂ
ਇੱਥੇ ਆਇਆ ਅਤੇ ਪਾਕਿਸਤਾਨੀਆਂ ਦਾ ਬਹੁਤ ਧੰਨਵਾਦ ਹੈ, ਬਹੁਤ ਬਹੁਤ ਕਿ ਸਾਡੇ ਨਾਲ ਬਹੁਤ ਅੱਛੀ ਆਈ ਕੀਤੀ, ਬਹੁਤ ਖੁਸ਼ ਹਾਂ। ਅਸੀਂ ਜਥੇ ਨਾਲ ਆਇਆ, ਸਾਡਾ ਜਥੇ ਦਾ ਜਿਹੜਾ ਕਿ ਨਿਰਪਾਲ ਸਿੰਘ ਨਾਂ, ਇੰਦਰਪਾਲ ਸਿੰਘ ਜਥੇ ਦਾ ਨਾਂ, ਉਹ ਸਭ ਹੁਣ ਨਗਰ ਕੀਰਤਨ ਨਾਲ ਗਏ ਅਤੇ ਸਾਨੂੰ ਦਰਬਾਰ ਦਾ ਲੰਗਰ ਚੱਖੀ ਅਤੇ ਸਾਨੂੰ ਮੁਰਕੇ ਵਾਲੇ ਕਮਰੇ 'ਚ ਪਹੁੰਚਾ ਸਨ ਅਤੇ ਅਸੀਂ ਸ਼ੁਕਰ ਖੁਸ਼ ਹਾਂ। ਅਤੇ ਸਾਡੇ ਕਾਬਲੋਂ ਆਉਣ ਦੇ ਤਾਂ ਬਹੁਤ ਚਿਰ ਹੋ ਗਏ ਅਤੇ ਫਿਰ ਤੀਹ ਸਾਲ ਸਾਡੇ ਹੋ ਗਏ ਕਿ ਅਸੀਂ ਲੰਡਨ ਵਿੱਚ ਆ। ਹਾਂਜੀ, ਔਰ ਕੀ ਮੈਸੇਜ ਦੇ ਕੇ ਜਾਓਗੇ ਇੱਥੇ ਵਾਲੇ ਲੋਕਾਂ ਨੂੰ? ਇਸ ਇਹੀ ਮੈਸੇਜ ਦੇਣੇ ਆ, ਬਹੁਤ ਖੁਸ਼ ਹਾਂ, ਬਹੁਤ ਖੁਸ਼ ਹਾਂ। ਇੱਜ਼ਤ ਕੀਤੀ ਨਹੀਂ, ਜਿੱਥੇ ਜਾਣੇ ਆ ਸਾਡੀ ਕਦਰਾਂ ਪਈਆਂ ਆਉਂਦੀਆਂ। ਸੱਚੇ ਪਾਤਸ਼ਾਹ ਗੁਰੂ ਨਾਨਕ ਜੀ ਇਹਨਾਂ ਦਾ ਵੀ ਅੰਗ ਸੰਗ ਰਹੇ ਅਤੇ ਸਾਡੇ ਲੋਕਾਂ ਅਸੀਂ ਆਉਂਦੇ ਜਾਂਦੇ ਰਹੀ, ਸਾਡਾ ਰਸਤਾ ਬੰਦ ਨਾ ਹੋਵੇ, ਸਾਡਾ ਤੀਰਥ ਯਾਤਰਾ ਸਾਰਾ ਖੁੱਲ੍ਹਾ ਰਹੇ, ਕਹਿੰਦੇ ਜਾਈ ਦਰਸ਼ਨ ਕਰਦੇ। ਤੁਹਾਡੀ ਬੋਲੀ ਤੋਂ ਐਵੇਂ ਲੱਗ ਰਿਹਾ ਕਿ ਜਿਵੇਂ ਉਹ ਹਿੰਦਕੋ ਵਾਲੇ ਜਿਹੜੇ ਆ, ਤੁਸੀਂ ਪਠਾਨ ਹੋ ਕੇ? ਨਾ ਨਾ ਨਾ, ਅਸੀਂ ਸਿੱਖ ਹਾਂ, ਅਸੀਂ ਕਾਬਲ ਦੀ ਬੋਲੀ ਹੀ ਹੈ ਚੀਜ਼ ਹੈ, ਕਾਬਲ ਦੀ ਬੋਲੀ ਅਸੀਂ ਪਠਾਨ ਹੀ ਹੈ ਨਾ, ਉੱਥੇ ਰਹਿ ਕੇ ਅਸੀਂ ਆਪਣੀ ਬੋਲੀ ਕਹੀ, ਪਠਾਨਾਂ ਨੇ ਪਾਰਸੀ ਪੁਖਤੋ ਕਹੀ ਹੈ, ਅਸੀਂ ਪੰਜਾਬੀ, ਸਾਡੀ ਪੰਜਾਬੀ ਹੀ ਆਵੇ ਜੋ ਬੋਲਦੇ ਹਾਂ। ਹਾਂਜੀ, ਆ ਕਾਬਲ 'ਚ ਵੀ ਇਹ ਹੋਈ ਸੀ? ਕਾਬਲ 'ਚ ਵੀ ਇਹੀ ਤਾਂ, ਕਾਬਲ 'ਚ ਇਹ ਬੜੀ ਵੱਡੀ ਗੱਲ ਹੈ। ਇੱਕ ਵਾਰੀ ਫਿਰ ਮੈਂ ਪੁੱਛਣ ਲੱਗਾ ਮਾਤਾ ਜੀ ਨੂੰ, ਬੜੀ ਅਹਿਮ ਗੱਲ ਹੈ, ਪਹਿਲੇ ਮੇਰੇ ਇਲਮ 'ਚ ਨਸੀ ਹੈ। ਅੱਛਾ, ਦੁਬਾਰਾ ਦੱਸੋ ਜੀ ਕਿ ਤੁਹਾਡੀ ਜਿਹੜੀ ਬੋਲੀ ਹੈ ਇਹਦੇ ਬਾਰੇ। ਇਹ ਸਾਡੀ ਬੋਲੀ ਅਫਗਾਨਿਸਤਾਨ ਦੀ ਕਾਬਲੀ, ਅਫਗਾਨਿਸਤਾਨ ਦੇ ਜਿਹੜੇ ਮੁਸਲਮਾਨ ਪਾਰਸੀ ਪੁਖਤ ਬੋਲਦੇ ਨੇ, ਅਸੀਂ ਸਰਦਾਰ ਸਾਡੀ ਪੰਜਾਬੀ ਬੋਲਦੇ ਹਾਂ, ਔਰ ਪੰਜਾਬੀ ਆ ਸਾਡੀ ਅਤੇ ਪੰਜਾਬ ਦੀ ਥੋੜ੍ਹੀ ਫਰਕ ਹੈ, ਇਹੀ ਬਸ। ਸੁਣ ਲਿਆ ਜੀ, ਬਾਜ਼ੂਕਾਤ ਬੜੀਆਂ ਨਵੀਆਂ ਗੱਲਾਂ ਲੱਭਦੀਆਂ। ਕਾਬਲੀ ਸਰਦਾਰਾਂ ਨਾਲ ਪਹਿਲੀ ਵਾਰੀ ਮੁਲਾਕਾਤ ਸੀ ਮੇਰੀ, ਔਰ ਪੰਜੇ ਸਰਦਾਰ ਮਿਲਾਏ ਤੁਹਾਨੂੰ, ਅਤੇ ਉਹਨਾਂ ਦੀ ਬੋਲੀ ਦੇ ਬਾਰੇ 'ਚ ਵੀ ਪਤਾ ਲੱਗਿਆ। ਇਹ ਇੱਥੋਂ ਲੰਡਨ ਗਿਆ ਸੀ।